वर्ष को लेकर पुलिस मुस्तैद, देर रात की जा रही है चेकिंग। नव वर्ष को लेकर जहां हर तरफ तैयारी जोरों पर है, उसी को लेकर पुलिस की ओर से भी खास ऑपरेशन चलाया जा रहा है, जिसकी कड़ी के तहत कपूरथला पुलिस की ओर से भी विशेष नाकेबंदी करके अभियान चलाया गया और वाहनों की चेकिंग की गई। इस दौरान पुलिस के अनुसार इस नाकेबंदी का मकसद है कि कोई भी संदिग्ध व्यक्ति नव वर्ष की खुशियों में कोई भी आपराधिक गतिविधियों को अंजाम न दे सके। कपूरथला से राजेंद्र कुमार कपूरथला की विशेष रिपोर्ट। ਸਭ ਕੀ ਕਹਿਣਾ ਚਾਹੁੰਗੇ ਅੱਜ ਨਾਕੇ ਜਿਹੜੇ ਲੱਗ ਗਏ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਸੀਨੀਅਰ ਕਪਤਾਨ ਪੁਲਿਸ ਸ਼੍ਰੀਮਤੀ ਵਤਸਲਾ ਗੁਪਤਾ, ਸਾਡੇ ਐਸ ਪੀ ਹੈੱਡਕੁਆਰਟਰ ਸਾਹਿਬ ਐਸ ਪੀ ਡੀ ਸਾਹਿਬ ਅਤੇ ਡੀ ਐਸ ਪੀ ਸਬ ਡਿਵੀਜ਼ਨ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਹੈ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ, ਜਿਹਦਾ ਕਰਕੇ ਦੇਰ ਰਾਤ ਤੱਕ ਨਾਕੇ ਲਗਾਏ ਜਾਂਦੇ ਆ ਅਤੇ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਅਫਸਰਾਂ ਦੇ ਹੁਕਮ ਮੁਤਾਬਕ ਵੀ ਜਿਹੜੇ ਹੈਗੇ ਨਾਕਾਬੰਦੀ ਕੀਤੀ ਜਾਂਦੀ ਹੈ। ਤਾਂ ਇਸ ਨਾਲ ਜਿਹੜੇ ਹੈਗੇ ਆ ਅਸੀਂ ਵਹੀਕਲਾਂ ਦੀ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਕੇ ਜਿਹੜਾ ਹੈ ਜੇ ਤਾਂ ਕਰਦੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਣਸਥਾਵੀ ਘਟਨਾ ਨਾ ਵਾਪਰ ਸਕੇ ਅਤੇ ਜਿਹੜੇ ਸਾਡੀ ਆਮ ਪਬਲਿਕ ਹੈਗੀ ਹੈ, ਪਿੰਡਾਂ ਦੇ ਰਹਿਣ ਵਾਲੇ, ਸ਼ਹਿਰਾਂ ਦੇ ਰਹਿਣ ਵਾਲੇ ਵਾਸਨੀਕ ਹਨ, ਆਮ ਨਾਗਰਿਕ ਹਨ, ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਇਸੇ ਕਰਕੇ ਜਿਹੜਾ ਹੈਗਾ ਸਾਡੇ ਵੱਲੋਂ ਇਹ ਨਾਕਾਬੰਦੀ ਕਰਕੇ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਨਾਕੇ ਜਿਹੜੇ ਹੈਗੇ ਅਲੱਗ ਅਲੱਗ ਜਗ੍ਹਾ ਤੇ ਲਗਾਉਣੇ ਹੈਗੇ ਆ ਤੇ ਸਾਡੇ ਨਾਲ ਤਕਰੀਬਨ ਅਸੀਂ ਹਰ ਰੋਜ਼ ਜਿਹੜੇ ਨਾ ਥਾਣੇ ਦੀ ਨਫਰੀ ਦੇ ਇੱਕ ਤਿਹਾਈ ਹਿੱਸਾ ਜਿਹੜਾ ਹੈਗਾ ਉਹ ਅਸੀਂ ਲੈ ਕੇ ਨਾਕਾ ਲਗਾਉਂਦੇ ਹਾਂ ਅਤੇ ਕੋਸ਼ਿਸ਼ ਇਹੀ ਹਰ ਜਗ੍ਹਾ ਕਰਦੇ ਹਾਂ ਕਿ ਜਿਹੜੇ ਸ਼ੱਕੀ ਪੁਰਸ਼ ਹੈਗੇ ਆ ਉਹਨਾਂ ਦੀ ਮੂਵਮੈਂਟ ਨੂੰ ਰਿਸਟ੍ਰਿਕਟ ਕੀਤਾ ਜਾ ਸਕੇ ਅਤੇ ਜਿਹੜੇ ਨਾਗਰਿਕ ਆਮ ਨਾਗਰਿਕ ਨੇ ਸਾਡੇ ਉਹ ਆਪਣੇ ਆਪ ਸੁਰੱਖਿਅਤ ਫੀਲ ਕਰਨ, ਸੁਰੱਖਿਅਤ ਮਹਿਸੂਸ ਕਰਨ ਅਤੇ ਨਵੇਂ ਸਾਲ ਦੀਆਂ ਜਿਹੜੀਆਂ ਆਮਦ ਹੈਗੀ ਆ ਇਹਨਾਂ ਦੇ ਸੰਬੰਧ ਵਿੱਚ, ਤਿਉਹਾਰਾਂ ਦੇ ਸੰਬੰਧ ਵਿੱਚ ਕੋਈ ਵੀ ਜਿਹੜੀ ਹੈਗੀ ਆ ਅਣਸਥਾਵੀ ਘਟਨਾ ਨਾ ਵਾਪਰ ਸਕੇ। ਇਸ ਕਰਕੇ ਅਸੀਂ ਜਿਹੜੀ ਹੈਗੀ ਆ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਇਹ ਚੈਕਿੰਗ ਕਰ ਰਹੇ ਹਾਂ।